ਹਰਦੀ ਬਹੁਤ ਵਧੀਆ ਹੋਈ ਆ। ਬਹੁਤ ਭਰੇ ਪੈਸੇ ਆ। ਦੇਖੋ ਜੀ ਇਧਰ ਦੇਖੋ ਜੀ। ਕਿੰਨਾ ਏਰੀਆ ਲਾਇਆ ਇਹ? ਇਹ ਹੋਣਾ ਜੀ 1.5 2 ਕਨਾਲ ਦੇ 2 ਕਨਾਲ ਦੇ ਲਾਗੇ ਹੋਣਾ ਜੀ। ਤੇ ਇੱਕ ਆਪਾਂ ਇਹਨੂੰ ਜਿੱਦਾਂ ਜੀ ਅਵਾਲਦੇ ਨੇਗੇ ਜੀ। ਜਿੱਦਾਂ ਪੱਟ ਲਈ ਆ। ਅਵਾਲਣ ਦੇ ਨਾਲ ਜਿਹੜੀ ਇਹ ਪਾワー ਘੜ ਜਾਂਦੀ ਹੈ ਜੀ। 3-4 ਧੋਪਾ ਲਵਾ ਕੇ ਜੀ। ਅੱਛਾ ਜੀ। ਬਾਅਦ ਚ ਇਹਨੂੰ ਆਪਾਂ ਅੰਦਰ ਅੰਦਰ ਸਕਾਉਣੀ ਆ ਥੋੜੀ। ਕੋਈ ਕੋਈ ਖਾਦ ਦਵਾਈ ਤੇ ਨਹੀਂ ਵੈਸੇ ਉਹਦਾ ਤਾਂ ਪੈਂਦੀ ਨਹੀਂ ਮੈਨੂੰ। ਦੇਖੋ ਜਿਹਦੇ ਵਿੱਚ ਅਸੀਂ ਇੰਨਾ ਢੇਰ ਪਾਇਆ ਹੈਗਾ ਜੀ ਖੱਚ-ਕੱਚ ਕੇ ਢੇਰ ਪਾ ਦਿੱਤਾ ਹੈਗਾ ਜੀ। ਅੱਛਾ ਉਹ ਵੀ ਤੇਰੀ ਵਾਂ ਜਾਂਦਾ ਪੜਾ ਆਹ ਪ੍ਰਾਲੀ ਸਾਰੀ ਦੀ ਸਾਰੀ ਮਲਚ ਕਰ ਦਿੱਤੀ ਸੀ ਹਾਂ ਜਾਂਜੀ ਗਾਲ ਕੇ ਹਾਂਜੀ ਅੱਛਾ ਪਹਿਲਾਂ ਤੁਸੀਂ ਇਹ ਵੀ ਬੈੱਡ ਬਣਾਏ ਹਾਂਜੀ ਬੈੱਡ ਬਿਣਾ ਤੇ ਲਾਈ ਆਪਾਂ ਜੀ ਅੱਛਾ ਆ ਬੈੱਡ ਆ ਹਨਾ ਹਾਂਜੀ ਬੈੱਡ ਅੱਛਾ ਬੈੱਡ ਇਹ ਵੀ ਉਹ ਹੀ 2.5 ਫੁੱਟ ਦਾ ਆ ਹਾਂਜੀ 2.5 ਫੁੱਟ ਦਾ ਬੈੱਡ ਆ ਆ ਆ ਜੀ ਉਹ ਹਲਦੀ ਜਿਹੜੀ ਆਪਾਂ ਤੁਹਾਨੂੰ ਦਿਖਾਾਲ ਰਹੇ ਆ ਤੇ ਆ ਰੰਗ ਦੇਖ ਲਓ ਜੀ ਇਹਦਾ ਆ ਆ ਹਲਦੀ ਹਲਦੀ ਆਪਣੀ ਉਗਾਈ ਹੋਈ ਹਲਦੀ ਯਾਨੀ ਦਲਵੀਰ ਸਿੰਘ ਮਿਹੜੂ ਹੁਣਾਂ ਦੀ ਤੇ ਜੇ ਕੱਦ ਦਿਖਾ ਲਈਏ ਯਾਨੀ ਤੁਹਾਡਾ ਕੱਦ ਕਿੰਨਾ ਹੈ ਮੇਰਾ ਹੁਣਾਂ 5 ਫੁੱਟ 9 ਇੰਚ ਹੋਣਾ ਜੀ ਜੇ 5 ਫੁੱਟ 9 ਇੰਚ ਤੁਹਾਡਾ ਆ ਤੇ ਮੇਰਾ ਖਿਆਲ ਆ ਵੀ ਇਹ 5 ਫੁੱਟ ਤੋਂ ਤਾਂ ਇਹ ਵੀ ਉੱਚੀ ਆ ਹਾਂਜੀ ਹਾਂਜੀ ਹੋ ਜਾਂਦੀ ਆ ਆ ਦੇਖੋ ਹਾਂ ਪਾ ਥੱਲਿਓਂ ਦਿਖਾ ਲਈਏ ਮਾੜਾ ਜਾਂ ਹਾਂਜੀ ਕਿੰਨੀ ਸੋਹਣੀ ਹਲਦੀ ਹੋਈ ਏ ਜੀ ਲਓ ਬਹੁਤ ਹੀ ਵਧੀਆ ਹਲਦੀ ਹੋਈ ਆ ਤੇ ਕਾ ਤਿੰਨ ਆ ਜਾਂਦਾ ਜੀ ਹਲਦੀ ਹਾਂ ਵਾ ਯਾਨੀ ਜੀ ਕਮਾਲ ਆ ਹਨਾ ਕਿਤੋਂ ਕਿਤੋਂ ਥੋੜੀ ਜੀ ਨੀਵੀ ਆ ਪਰ ਜ਼ਿਆਦਾਤਰ ਹਲਦੀ ਜਿਹੜੀ ਆ ਬਿਲਕੁਲ ਸਹੀ ਆ ਜੀ ਹਲਦੀ ਬਹੁਤ ਹਾਂ ਜ਼ਿਆਦਾਤਰ ਹਲਦੀ ਬਹੁਤ ਵਧੀਆ ਹੋਈ ਆ ਆਹ ਦੇਖੋ ਜੀ ਪਰੇ ਪੈਸੇ ਆਰ ਦੇਖੋ ਜੀ ਇਧਰ ਦੇਖੋ ਜੀ ਕਿੰਨਾ ਏਰੀਆ ਲਾਇਆ ਇਹ ਇਹ ਹੋਣਾ ਜੀ 1.5 2 ਕਨਾਲ ਦੇ 2 ਕਨਾਲ ਦੇ ਲਾਗੇ ਹੋਣਾ ਜੀ ਕਹਿੰਦੇ ਜੀ ਇਹ ਆਪਣੀ ਆ ਆਪਾਂ ਮਤਲਬ ਘਰੇ ਖਾਣ ਵਾਲੀ ਹਲਦੀ ਆ ਹਾਂ ਜੀ ਹਾਂ ਜੀ ਆਮ ਖਾਣ ਵਾਲੀ ਆ ਇੰਨੇ ਏਰੀਆ ਚੋਂ ਕਿੰਨੀ ਹਲਦੀ ਨਿਕਲਿਓ ਹਾਂ ਜਿੱਦਾਂ ਕਿ ਤਾਂ ਲਾਉਦੇ ਹਾਂ ਨੇ ਅੰਦਾਜ਼ਾ ਜੀ ਨਹੀਂ ਲਾਇਆ ਜੀ ਤਾਂ ਹੀ ਅੱਛਾ ਜੀ ਹਾਂਜੀ ਠੀਕ ਆ ਤੇ ਬਸ ਤਾਂ ਕਿ ਵਧੀਆ ਨਿਕਲੂਗੀ ਜੀ ਅੱਛਾ ਜੀ ਹਾਂਜੀ ਵਾਹ ਜੀ ਵਾਹ ਤੇ ਇੱਕ ਆਪਾਂ ਇਹਨੂੰ ਜਿੱਦਾਂ ਜੀ ਹਵਾਲਦੇ ਨੇਗੇ ਜੀ ਜਿੱਦਾਂ ਪੱਟ ਲਈ ਆ ਹਵਾਲਾਂ ਦੇ ਨਾਲ ਜਿਹੜੀ ਇਹ ਪਾਵਰ ਘਟ ਜਾਂਦੀ ਹੈ ਜੀ ਅੱਛਾ ਜੀ ਆਪਾਂ ਇਹਨੂੰ ਜਿੱਦਾਂ ਜੀ ਚੀਰ ਕੇ ਜੀ ਫੇਸ ਕੋਨੇ ਆ ਜੀ ਅੱਛਾ ਜੀ ਹਾਂਜੀ ਹਵਾਲਣੇ ਨੇ ਜੀ ਚੀਰ ਕੇ ਇਸਕਾ ਦੋਨੇ ਹਾਂਜੀ ਹਾਂ ਚੀਰ ਨਹੀਂ ਆ ਜੀ ਮੇਂ ਤੇ ਜਿਆਦਾ ਹੀ ਆਉਂਦੀ ਪਰ ਉਹਦਾ ਫਾਇਦਾ ਬਹੁਤ ਹੈ ਜੀ ਇੱਕ ਹਵਾਲਿਆਂ ਦੇ ਨਾਲ ਉਹ ਜਿਹੜੀ ਤਾਕਤ ਬਹੁਤ ਅੱਧੀ ਵੀ ਨਹੀਂ ਰਹਿ ਜਾਂਦੀ ਅੱਧੀ ਵੀ ਘੱਟ ਜੀ ਅੱਛਾ ਜੀ ਅੱਛਾ ਜੀ ਹਾਂਜੀ ਤਾਂ ਕਰਕੇ ਤਾਂ ਗਾਹਕ ਮੰਗਦਾ ਹੀ ਇਹ ਹਲਦੀ ਆ ਜਿਹੜੀ ਮੈਂ ਕੱਚੀ ਹਲਦੀ ਕਹਿੰਦੇ ਇਹਨੂੰ ਜਦਾਵ ਵਾਲੀ ਨਹੀਂ ਹੋਵੇ ਜੀ ਤੋਰ ਤੋਂ ਲਿਆਂਦੇ ਲੋਕੀ ਹਾਂਜੀ ਹਾਂਜੀ ਠੀਕ ਆ ਹਾਂਜੀ ਪਾਓ ਡਿਮਾਂਡ ਆ ਦੀ ਹਲਦੀ ਦੇ ਆਪਣੇ ਅੱਛਾ ਤੁਸੀਂ ਇਹਨੂੰ ਕੱਟ ਕੇ ਕੱਟ ਕੇ ਤੇ ਫਿਰ ਇਹਨੂੰ ਸੁਕਾ ਲੈਣਾ ਹਾਂ ਸੁਕਾਉਨੇ ਆ ਜੀ ਇਹ ਕੱਟੀ ਹੋਈ ਹਲਦੀ ਕਿੰਨੇ ਚਿਰ ਚ ਕਿੰਨੇ ਚਿਰ ਚ ਹਾਂ ਜਿੱਦਾਂ ਇਹਨੂੰ ਤਿੰਨ ਚਾਰ ਤੋਂ ਪਾ ਲਵਾ ਕੇ ਜੀ ਅੱਛਾ ਜੀ ਬਾਅਦ ਚ ਇਹਨੂੰ ਆਪਾਂ ਅੰਦਰ ਅੰਦਰ ਸੁਕਾਉਣੀ ਆ ਥੋੜਿਆਂ ਤੋਂ ਅੰਦਰ ਹੀ ਰੱਖਣੀ ਆ ਬਾਅਦ ਤੇ ਤੋਂ ਪਾਣੀ ਵਾਲੀਆਂ ਲਾਉਣੀਆਂ ਤੇ ਫਿਰ ਇਹ ਕਿੰਨਾ ਕੁ ਝਾੜ ਨਿਕਲੇ ਆਉਂਦਾ ਇਹਦੇ ਵਿੱਚੋਂ ਇੰਨੇ ਏਰੀਆ ਚੋਂ ਕਿੰਨਾ ਕੁ ਨਿਕਲੇਉ ਫਿਰ ਵੀ ਕੋਈ ਆਈਡੀਆ ਹੈ ਪਿਲੇ ਸਾਲ ਵੀ ਆਪਾਂ ਲਾਈ ਪਿਲੇ ਸਾਲ ਘੱਟ ਸੀ ਗਾਂ ਤਾਂ ਹੁੰਦੇ ਦਾ ਇਹਦਾ ਖੱਤਾ ਆਪਾਂ ਲਾ ਰਹੇ ਆ ਜੀ ਕਹਿੰਦੀ ਆ ਜੀ ਗਰਮ ਬਹੁਤ ਜ਼ਿਆਦਾ ਹੁੰਦੀ ਆ ਨਾ ਇਸ ਕਰਕੇ ਨੂੰ ਵਾਲ ਲਿਆ ਜਾਂਦਾ ਪਹਿਲਾਂ ਹਾਂਜੀ ਹਾਂਜੀ ਪਰ ਵਾਲ ਦੇ ਨਾਲ ਜਿੱਦਾਂ ਜੀ ਮੰਨ ਲਓ ਹੁਣ ਉਹ ਗੱਲ ਨਹੀਂ ਜਿੱਦਾਂ ਵਾਲਾਂ ਦੇ ਨਾਲ ਇੰਦੀ ਜੀ ਅੱਛਾ ਜੀ ਜਿਹੜੀ ਤਾਕਤ ਹੈ ਦੀ ਉਦਾਂ ਫਰਕ ਆ ਰਾਂ ਰਹਿੰਦੀ ਆ ਜੀ ਅੱਛਾ ਜੀ ਹਾਂਜੀ ਇਹ ਤਾਂ ਕਰਕੇ ਮਿਹਨਤ ਜ਼ਿਆਦੀ ਆਉਂਦੀ ਆ ਪਰ ਫੇ ਗੁਣਕਾਰੀ ਹਲਦੀ ਫੇ ਹੀ ਬੰਦੀ ਪੂਰੀ ਜੀ ਅੱਛਾ ਜੀ ਹਾਂਜੀ ਆ ਹੁਣ ਹਲਦੀ ਤੁਹਾਡੀ ਸਾਰੀ ਇਹ ਵੀ ਆਰਗੇਨਿਕ ਏਰੀਆ ਜੀ ਹਾਂਜੀ ਹਾਂਜੀ ਸਾਰਾ ਜੀ ਤੁਸੀਂ ਇਹਦਾ ਸਾਈਜ਼ ਵਧਾਉਣ ਦੇ ਲਈ ਕੋਈ ਕੋਈ ਖਾਦ ਦਵਾਈ ਵੈਸੇ ਉਹਦਾ ਤਾਂ ਪੈਂਦੀ ਨਹੀਂ ਮੇਰਾ ਦੇਖੋ ਜਿਹਦੇ ਵਿੱਚ ਅਸੀਂ ਇੰਨਾ ਢੇਰ ਪਾਇਆ ਹੈਗਾ ਜੀ ਖੱਚ-ਕੱਚ ਕੇ ਢੇਰ ਪਾ ਦਿੱਤਾ ਹੈਗਾ ਜੀ ਅੱਛਾ ਜੀ ਹਾਂਜੀ ਰੂੜੀ ਪਾਤੀ ਸੀਗੀ ਜੀ ਅੱਛਾ ਜੀ ਤੇ ਪਰਾਲੀ ਬਹੁਤ ਪਾਈ ਸੀ ਉੱਥੇ ਜੀ ਉਹ ਵੀ ਢੇਰ ਹੀ ਬਣ ਜਾਂਦਾ ਪਰਾਲੀ ਆਹ ਪਰਾਲੀ ਸਾਰੀ ਦੀ ਸਾਰੀ ਮਲਚ ਕਰ ਦਿੱਤੀ ਸੀ ਹਾਂ ਜਾਂਜੀ ਗਾਲ ਕੇ ਹਾਂਜੀ ਅੱਛਾ ਪਹਿਲਾਂ ਤੁਸੀਂ ਇਹ ਵੀ ਬੈੱਡ ਬਣਾਏ ਹਾਂਜੀ ਬੈੱਡ ਬਿਣਾ ਤੇ ਲਾਈ ਆਪਾਂ ਜੀ ਅੱਛਾ ਆਹ ਬੈੱਡ ਲਿਆ ਹਨਾ ਹਾਂਜੀ ਹਾਂਜੀ ਬੈੱਡ ਜੀ ਅੱਛਾ ਬੈੱਡ ਇਹ ਵੀ ਉਹ ਹੀ 2.5 ਫੁੱਟ ਦਾ ਆ ਹਾਂਜੀ 2.5 ਫੁੱਟ ਦਾ ਤੇ ਫੇਰ ਆਪਾਂ ਉਹਦੇ ਤੇ ਹੱਥਾਂ ਨਾਲ ਲਾਤੇ ਠੀਕ ਆ ਦੋਏ ਸਾਈਡਾਂ ਨੂੰ ਬੀਜ ਦਿੱਤੀ ਉਧਰ ਇਧਰ ਉਧਰ ਇਧਰ ਹਾਂ ਐਸ ਤਰ੍ਹਾਂ ਨਾਲ ਬੱਟਾਂ ਤੋਂ ਬਾਹਰ ਵੀ ਨਿਕਲੀ ਹੋਈ ਹੈ ਬੱਟਾਂ ਤੋਂ ਬਾਹਰ ਵੀ ਆ ਗਈ ਹਾਂਜੀ ਹਾਂਜੀ ਐਸ ਤਰ੍ਹਾਂ ਉਧਰ ਕਰਕੇ ਤੁਸੀਂ ਬੀਜ ਦਿੱਤੀ ਆ ਇਹ ਇੱਚ ਬੀ ਕਿੰਨਾ ਕੁ ਪਿਆ ਦੋ ਦੋ ਕਨਾਲ ਚ ਹਾਂ ਬਈ ਅੱਜ ਤਾਂ ਆਪਣੇ ਬੇਸਾ ਹਲਦੀ ਸੀਗੇ ਉੱਥੋਂ ਚੱਕ ਕੇ ਲਾਈ ਜਾਂਦਾ ਜਿਆ ਜਾਨੀ ਲਾਇਆ ਜੀ ਕਿੰਨਾ ਪੈਂਦਾ ਕਿੰਨਾ ਪਰ ਐਤ ਕੀ ਲਾਵਾਂਗੇ ਜੀ ਕਿੰਨਾ ਪੈਂਦਾ ਇਹ ਖੱਤੇ ਹਾਂਜੀ ਖੱਤੇ ਦਾ ਕਿੰਨਾ ਪੈਂਦਾ ਜੀ ਠੀਕ ਐਤ ਕੀ ਐਤ ਕੀ ਲਾਉਨੇ ਆ ਹਾਂਜੀ ਐਤ ਕੀ ਲਾਵਾਂਗੇ ਜਿੱਦਾਂ ਇਹਦੇ ਵਾਸਤੇ ਮੈਂ ਹੁਣ ਇੱਕ ਘਾਤਾ ਵਰਗਾ ਨਾ ਹੋਰ ਕਰਦਾ ਜਦੋਂ ਤੁਸੀਂ ਇਹਨੂੰ ਬੀਜ ਦਿੱਤਾ ਹਾਂਜੀ ਮੰਨ ਲਓ ਆ ਬੀਜ ਦਿੱਤਾ ਆ ਹਾਂਜੀ ਬੀਜ ਕੇ ਹਲਦੀ ਫੇਰ ਤੁਸੀਂ ਫੇਰ ਉੱਤੇ ਪਾਈ ਸੀਗੀ ਇਹਦੇ ਪ੍ਰਾਲੀ ਹਾਂਜੀ ਹਾਂਜੀ ਪ੍ਰਾਲੀ ਬਹੁਤ ਆਹੀ ਚੰਗੀ ਉੱਤੇ ਸੜ ਦੇਤੇ ਤੇ ਲਾਤੇ ਸੀ ਪ੍ਰਾਲੀ ਮੈਨੂੰ ਕਹਿੰਦੇ ਇਨੇ ਇਨੇ ਹਲਦੀ ਦੇ ਹਲਦੀ ਦੇ ਦਾ ਰਹੀ ਆਉਗੀ ਪਰ ਹਲਦੀ ਨਿਕਲ ਆਉਂਦੀ ਹੈ ਬੇਤੇ ਜੀ ਕੱਖ ਨਹੀਂ ਹਰਾ ਹੁੰਦਾ ਫੇਰ ਅੱਛਾ ਜੀ ਹਾਂਜੀ ਹੁਣ ਵੀ ਕੱਖ ਨਾ ਮਾਤਰੀ ਹੋਇਆ ਸੀ ਬੇਤੇ ਜੀ ਅੱਛਾ ਜੀ ਕੱਖ ਨਹੀਂ ਸ਼ਿਕਾਇਕ ਕੋ ਪ੍ਰਾਲੀ ਬਹੁਤ ਪਾਈ ਹੋਈ ਕੱਢਣਾ ਤਾਂ ਨਹੀਂ ਪਿਆ ਤੁਹਾਨੂੰ ਕੱਖ ਇਹ ਚੋਂ ਨਹੀਂ ਮੜਾ ਮੋਟਾ ਬੋਟਾ ਦੇ ਤੁਰੇ ਜਨ ਹੱਥ ਨਾਲ ਕਹਿ ਦਿੱਤਾ ਜੀ ਉਹ ਪ੍ਰਾਲੀ अच्छा हां जी ताई बहुत लाती है परालि दी इत्ते जी वाह हां जी पर ज्ञानी जी कमाल है वैसे हल्दी ये सोहनी हुई, हुई, हा। हुई है हां हां जी हां जी ਜਿੱਦਾਂ ਆਪਾਂ ਦੇਖੀਏ ਤਾਂ ਮਤਲਬ ਮੈਂ ਥੋੜਾ ਜਿਆਦਾ ਹਲਦੀ ਆ ਜੀ हां जी ਇੱਕ ਨੰਬਰ ਹਲਦੀ ਆ ਬਹੁਤ ਵਧੀਆ ਹਲਦੀ ਆ ਜੀ हां ਆ ਦੇਖੋ ਤੇ ਇਹ ਵਾਲੀ ਹਲਦੀ ਜਦੋਂ ਫਿਰ ਫਿਉਨੇ ਆ ਤੁਸੀਂ ਹਾਂਜੀ ਤੇ ਮੰਨ ਲਓ ਆਪਾਂ ਸੁਕਾ ਲਈ ਕੁਆਂਟਲ ਹਲਦੀ ਤੁਸੀਂ ਸੁਕਾ ਲਈ ਉਹ ਚੋਂ ਫੇ ਕਿੰਨਾ ਕੁ ਪਾਊਡਰ ਨਿਕਲੇ ਆਊਗਾ ਲਗਭਗ 20 ਕਿਲੋ 15 20 ਕਿਲੋ ਜੀ ਫੇ 20% ਆ ਗਿਆ ਹਾਂਜੀ 20% ਅੱਛਾ ਯਾਨੀ ਕਿ ਐਸ ਹਲਦੀ ਦੇ ਕੁਆਂਟਲ ਹਲਦੀ ਨੂੰ ਸੁਕਾ ਕੇ ਇਹਨੂੰ ਸਿੱਧਾ ਹੀ ਬਿਨਾ ਉਬਾਲੇ ਜਦੋਂ ਤੁਸੀਂ ਫਿਹਾਈ ਆ ਤਾਂ ਉਹ ਉਨਾ 20 ਕਿਲੋ ਪਾਊਡਰ ਨਿਕਲਿਆ ਅੰਦਾਜ਼ਾ 20 ਕਿਲੋ ਹੈ ਕਿ ਉਹਦਾ ਪੱਕਾ ਲਾਵਾਂਗੇ ਵੀ ਕਿੰਨੇ ਨਿਕਲਣ ਕਿੰਨੀ ਕੁ ਪੈਂਦੀ ਆ ਇਹ ਹਲਦੀ ਦੂਜੀ ਹਲਦੀ ਉਬਾਲੀ ਨਾਲ ਉਹ ਫੇਰ ਘੱਟ ਪੈਂਦੀ ਆ ਹਾਂਜੀ ਨਹੀਂ ਜਦਾਂ ਜੇ ਇੱਕ ਇਹ ਜਦਾਂ ਪਾਵਰ ਵਾਧਿਆ ਜੀ ਪਾਵਰ ਵਾਧਿਆ ਫੇਰ ਘੱਟ ਪਊਗੀ ਹਾਂਜੀ ਨਹੀਂ ਜਦਾਂ ਮੰਨ ਲਓ ਜੇ ਇੱਕ ਹੁੰਦਾ ਜੀ ਉਹਦੀ ਹਲਦੀ ਚਲਾਉਂ ਨਹੀਂ ਪਾਤੇ ਜੇ ਨਾ ਮੰਨ ਲਓ ਚਮਚਾ ਪਾਤਾ ਜਾਂ ਕਿੰਨੇ ਪਾਤੇ ਜੀ ਲੇਕਿਨ ਉਹਦੀ ਜਿਹੜੀ ਅਦਰੂਨੀ ਤਾਕਤ ਜ਼ਿਆਦੀ ਆ ਜੀ ਤੁਹਾਨੂੰ ਕਹਿੰਦੀ ਜੀ ਜਿੱਦਾਂ ਹੁਣ ਇਹਨੂੰ ਖਾਣ ਤੋਂ ਬਾਅਦ ਕਿਸੇ ਨੇ ਸ਼ਿਕਾਇਤ ਤਾਂ ਨਹੀਂ ਕੀਤੀ ਵੀ ਯਾਰ ਇਹ ਤਾਂ ਗਰਮ ਬਹੁਤ ਹੁੰਦੀ ਆ ਵੀ ਇਦਾਂ ਨਹੀਂ ਜੇ ਇਹ ਹਲਦ ਇਦਾਂ ਨਹੀਂ ਜੇ ਅਸੀਂ ਆਹ 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 ਵਰਤਦੇ ਹਾਂ ਹੁਣ ਵੀ ਇਹ ਅੱਧਾ ਚਮਚਾ ਹੀ ਆ ਰੰਗ ਰੂੰਗ ਕਿਦਾਂ ਦਾ ਰਹਿ ਜਾਂਦਾ ਹਾਂਜੀ ਰੰਗ ਬਹੁਤ ਵਧੀਆ ਜੀ ਤੁਹਾਨੂੰ ਦਿਖਾ ਦਿੰਦੇ ਨੇ ਘਰੇ ਪਈ ਪੀਸੀ ਹੋਈ ਜੇ ਅੱਛਾ ਜੀ ਪੀਸੀ ਹੋਈ ਹੈਗੀ ਆ ਆਹ ਵਾਲੀ ਜਿਹੜੀ ਹਲਦੀ ਆ ਵੇ ਹੁਣ ਆਪਾਂ ਪਰ ਇੱਥੇ ਖੜ ਕੇ ਲੜਾ ਆਪਾਂ ਕਾਲੀ ਹਲਦੀ ਵੀ ਲਾਈ ਹੋਈ ਆ ਜੀ ਪਰ ਉਹ ਦੀਸਾਂ ਦੇ ਤੌਰ ਤੇ ਮੈਂ ਕਿੰਨਾ ਸੋਹਣਾ ਹਨਾ ਪੂਰਾ ਮਹਿਕ ਆ ਰਿਹਾ ਆ ਜੀ ਹਾਂਜੀ ਹਾਂਜੀ ਬਹੁਤ ਹਾਂਜੀ ਹਾਂਜੀ ਪੱਤਿਆਂ ਦਾ ਪੂਰਾ ਮਹਿਕ ਆ ਰਿਹਾ ਆ ਬਹੁਤ ਸੋਹਣਾ ਮਤਲਬ ਇੱਥੇ ਖੜ ਕੇ ਫੀਲ ਹੁੰਦਾ ਵੀ ਆਹ ਦੇਖੋ ਕਿੰਨਾ ਵਧੀਆ ਬੂਟੇ ਹੋਏ ਆ ਮੈਂ ਤਾਂ ਇਹ ਬੇਨਤੀ ਕਰਦਾ ਵੀ ਸਾਰੇ ਸਾਡੇ ਕਿਸਾਨ ਵੀਰ ਲਾਉਣ ਇਹ ਜੀ ਕੋਈ ਖਾਸ ਇੱਥੇ ਮਿਹਨਤ ਨਹੀਂ ਵਿੱਚ ਆਪਾਂ ਕਹੀਏ ਨਾ ਥੋੜੀ ਥੋੜੀ ਆਪਣੇ ਘਰਾਂ ਬਾਹਰ ਤੇ ਲਾ ਲੀਆ ਆਪਾਂ ਮੌਲ ਲੈਉਣੇ ਪਰ ਮੌਲ ਉਹ ਚੀਜ਼ ਹਲਦੀ ਨਹੀਂ ਮੈਨੇ ਜਿਹੜੀ ਆਪਣੇ ਘਰੇ ਆ ਜੀ ਹੂੰ ਤਾਂ ਪਤਾ ਹਰੇਕ ਚੀਜ਼ ਚ ਮਲਾਵਟ ਬਹੁਤ ਜ਼ਿਆਦਾ ਹੋ ਗਈ ਹੂੰ ਅਗਲਾ ਅਗਲੇ ਨੂੰ ਚਾਹੀਦਾ ਪੈਸਾ ਚਾਹੀਦਾ ਬੰਦੇ ਦੇ ਫੇਤ ਨਹੀਂ ਚਾਹੀਦੇ ਕਿਸੇ ਨੂੰ ਜੀ ਹੁਣ ਇਹ ਹੁਣ ਤਾਂ ਇਹ ਜਮਾਨਾ ਆ ਚੁੱਕਾ ਜੀ ਤਾਂ ਕਰਕੇ ਸੰਤਾ ਅਹੀ ਬੇਨਤੀ ਕਰਦਾ ਨਾ ਵੀ ਆਪਣੀਆਂ ਚੀਜ਼ਾਂ ਲਾਵੋ ਜੀ ਹੂੰ ਜੀ 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 ਤੇ ਫਿਲਹਾਲ ਆਪਾਂ ਤੁਹਾਨੂੰ ਇਹਦਾ ਪਾਊਡਰ ਮੈਂ ਕਰ ਦਿਖਾ ਲ ਦਈਏ ਆਪਾਂ ਤਾਂ ਕਿ ਉਹ ਪਤਾ ਲੱਗ ਜਵੇ ਵੀ ਹਾਂ ਵੀ ਆਹ ਇਹਦਾ ਰੰਗ ਆਉਂਦਾ ਅੱਛਾ ਆ ਆ ਜੀ ਉਹ ਹਲਦੀ ਜਿਹੜੀ ਆਪਾਂ ਤੁਹਾਨੂੰ ਦਿਖਾ ਲ ਰਹੇ ਆ ਤੇ ਆਹ ਰੰਗ ਦੇਖ ਲਓ ਜੀ ਇਹਦਾ ਬਿਲਕੁਲ ਰੰਗ ਆ ਹਾਂ ਮਹਿਕ ਤਾਂ ਹਾਂ ਮਹਿਕ ਬਹੁਤ ਰਹੀ ਆ ਹਾਂ ਜੀ ਹਾਂ ਬਹੁਤ ਜਿਆਦਾ ਹਾਂ ਤਾਂ ਤੇ ਪੈਣੀ ਵੀ ਥੋੜੀ ਆ ਹਾਂ ਜੀ ਹਾਂ ਜੀ ਤੇ ਤੁਸੀਂ ਕਹਿੰਦੇ ਹੋ ਵੀ ਇੱਕ ਕੁਆਂਟਲ ਦੇ ਵਿੱਚੋਂ ਹਾਂ ਜੀ ਇੱਕ ਕੁਆਂਟਲ ਦੇ ਵਿੱਚੋਂ 20 ਕਿਲੋ ਪਾਊਡਰ ਨਿਕਲਿਆਉਣਾ ਤੇ ਤੁਸੀਂ ਹੁਣ ਲਾਇਆ ਆ 2 ਕਨਾਲ ਥਾਂ 2 ਕਨਾਲ ਥਾਂ ਚੋਂ ਕਿੰਨੇ ਕੁਆਂਟਲ ਹਲਦੀ ਨਿਕਲਿਆਊਗੀ ਜਿੱਦਾਂ ਆਪਾਂ ਅੱਗੇ ਥੋੜੇ ਲਾਉਣੇ ਅੰਦਾਜ਼ਾ ਜਾਂਨੇ ਸੀਗਾ ਜਿੱਦਾਂ ਜੀ ਪੱਕਾ ਅੰਦਾਜ਼ਾ ਆ ਜੇ ਪੱਟਾਂ ਦਾ ਪੂਰਾ ਲੱਗ ਜਾਵੇ ਆਈਡੀਆ ਕੀ ਲੱਗਦਾ ਆ ਵੀ 9 10 ਕੁਆਂਟਲ ਨਿਕਲਿਆਊ ਮੇਰਾ ਕੱਚੀ ਜੀ ਹਾਂਜੀ ਕੱਚੀ ਹਾਂ ਮੈਂ ਤਾਂ ਹੈ ਜੀ ਆਪਾਂ ਕੁਆਂਟਲ ਪਿੱਛੇ ਲਾਗਤ ਕੱਢ ਲਈਏ ਇੱਕ ਫਿਆਈ ਇਹਦੀ ਹਾਂਜੀ ਹਾਂਜੀ ਹਲਾ ਇੱਕ ਤੁਹਾਡੀ ਇਹ ਲੇਬਰ ਹਾਂਜੀ ਲੇਬਰ ਜ਼ਿਆਦਾ ਜੱਦਾਂ ਜੀ ਹਨ ਅੱਛਾ ਜੀ ਹਾਂਜੀ ਹਾਂਜੀ ਇੱਕ ਇਹਦੇ ਤੇ ਤੁਸੀਂ ਪਟਾਈਆ ਫਿਰ ਧੋਣਾ ਬਹੁਤ ਜੱਦਾ ਕੱਲੇ ਕੱਲੇ ਗੰਦੀ ਧੋਣੀ ਆ ਜੀ ਹੁਣ ਇੱਕ ਸਾਲ ਦੀ ਫਸਲ ਆਹੇ ਜੀ ਹਾਂਜੀ ਇੱਕ ਸਾਲ ਖਾ ਜਾਂਦੀ ਜਦਾਂ ਮੰਨ ਲਓ ਹਾਂਜੀ ਸਾਲ ਖਾ ਜਾਣਾ ਇਹ ਸਾਲ ਖਾ ਜਾਂਦੀ ਜੀ ਹੁਣ ਹਨਾ ਹਾਂਜੀ ਇਹਦਾ ਜੱਦਾਂ ਜੀ ਹੁਣ ਇਹਦੀ ਮਿਹਨਤ ਹੁਣ ਇਹਨੇ ਜ਼ਿਆਦੀ ਮੰਗਣੀ ਜਦੋਂ ਪਟਾਈ ਕੀਤੀ ਜੀ ਹਾਂਜੀ ਫਿਰ ਬਾਅਦ ਚ ਇਹਨੂੰ ਧਵਾਈ ਕਰਨੇ ਚੰਗੇ ਤਗਾ ਗੰਡਾ ਮਾਨਿਆ ਚਾਹੀਦੀਆਂ ਚੰਗੇ ਤਗਾ ਜੱਦਾਂ ਜੀ ਮਿੱਟੀ ਰਹਿ ਜਾਂਦੀ ਚੋੜਾਂ ਦੇ ਵਿੱਚ ਜੀ ਤਾਂ ਕਰਕੇ ਥੋੜਾ ਥੋੜਾ ਕਰਕੇ ਧੋਹ ਹੁੰਦੀ ਚੰਗੇ ਤਗਾ ਉਸ ਤੋਂ ਬਾਅਦ ਫੇ ਕੱਟ ਕਟਾਈ ਇਹ ਤਾਂ ਮਿਹਨਤ ਬਹੁਤ ਸੀ। ਸਫਾਈ ਤਾਂ ਵਾਕਈ ਇਹਦੀ ਬਹੁਤ ਮਿਹਨਤ ਨਾਲ ਕਰਨੀ ਪਈ। ਰਜਾਨਾ ਸੁਕਾਉਣਾ ਫੇ ਅੰਦਾ ਰੱਖਣਾ ਜੀ। ਹੂੰ। ਉਹ ਮਿਹਨਤ ਆ। ਹਾਂਜੀ ਮਿਹਨਤ ਹੈ ਹਾਂਜੀ। ਪਰ ਇਹ ਹੈ ਕਿ ਇੱਕ ਸ਼ੁੱਧ ਚੀਜ਼ ਵੀ ਤਾਂ ਤੁਹਾਡੇ ਹੱਥਾਂ 'ਚ ਆ। ਹਾਂ ਜੀ ਕੋਈ ਕਿੰਨਾ ਰੰਗ ਦੇਖੋ ਕਿੰਨਾ ਪਿਆਰਾ ਆਏਗਾ। ਹਾਂ 컬러 ਦੇਖ ਸਕਦੇ ਆ ਤੁਸੀਂ। ਗੱਲ ਇਹ ਹੈ ਕਿ ਸ਼ੁੱਧ ਚੀਜ਼ ਵੀ ਤਾਂ ਤੁਹਾਡੇ ਹੱਥ 'ਚ ਆ। ਤੁਹਾਡੀ ਰਸੋਈ 'ਚ ਜਾ ਰਹੀ ਆ। ਹਾਂਜੀ ਹਾਂਜੀ। ਉਹੋ ਹੀ ਅਸੀਂ ਖਾਣੇ। ਮੈਂ ਕਹਾਂ ਜੀ ਇਹ ਇਹਨੇ ਬਿਮਾਰੀਆਂ ਰੋਕਣੀਆਂ ਹੈ, ਹੈਲਦੀ ਨੇ ਜੀ। ਹਾਂ ਇਹਨਾਂ ਚੀਜ਼ਾਂ ਨੇ ਰੋਕਣੀਆਂ। ਇਹ ਬੜੀ ਤਕੜੀ ਐਂਟੀ ਪਸੂਆਂ ਨੂੰ ਪੇੜੇ 'ਚ ਵੀ ਇੱਕ ਕੁਆਂਟਲ ਦੇ ਵਿੱਚ ਕਿਲੋ ਪਾਉਣੇ ਆ ਜੀ। ਅੱਛਾ। ਹਾਂਜੀ, ਇਨਫੈਕਸ਼ਨ ਕਿਸੇ ਤੱਕ ਨਹੀਂ ਪਸੂਆਂ ਨੂੰ ਚੱਕ ਦਿੰਦੀ। ਚੱਕ ਦਿੰਦੀ ਹੈ। ਜ਼ਰੂਰੀ ਹੈ ਸਾਨੂੰ ਵੀ ਨਹੀਂ ਜੀ ਪਤਾ ਹੁਣ ਅਸੀਂ ਪਾਉਣ ਲੱਗੇ ਪਸੂਆਂ ਵਾਸਤੇ ਜੀ। ਜ਼ਰੂਰੀ ਹੈ ਜੀ। ਵਾਹ। ਕਿਸਾਨ ਵੀਰੋ ਜਿਨ੍ਹਾਂ ਕੋ ਵੀ ਥਾਂ ਹੈਗਾ ਆ ਚਾਹੇ ਕਿਸੇ ਦੇ ਗਾਰਡਨ 'ਚ ਹੈਗਾ ਆ, ਚਾਹੇ ਕਿਸੇ ਦੇ ਘਰ 'ਚ ਆ, ਚਾਹੇ ਕਿਸੇ ਦੇ ਹਵੇਲੀ 'ਚ ਆ ਤੇ ਚਾਹੇ ਕਿਸੇ ਦੇ ਖੂਹ ਤੇ ਆ। ਭਾਈ ਉਹ ਥੋੜੀ ਬਹੁਤੀ ਜ਼ਰੂਰ ਇਹ ਚੀਜ਼ਾਂ ਨੂੰ ਬੀਜੋ, ਬੀਜ ਕੇ ਉਹਨਾਂ ਦਾ ਆਪ ਸੇਵਨ ਕਰੋ। ਬਾਕੀ ਕਿਸੇ ਤੋਂ ਵਧੀਆ ਹਲਦੀ ਦਾ ਬੀਜ ਲੈ ਲਓ ਨਾ ਲੱਭੇ ਤਾਂ ਜਦੋਂ ਹਲਦੀ ਦੀ ਰੁੱਤ ਹੋਈ ਫਰਵਰੀ ਮਾਰਚ ਦੇ ਵਿੱਚ ਇੱਕ ਵਾਰ ਸੰਪਰਕ ਕਰ ਲਿਓ ਇਸ ਹਲਦੀ ਦਾ ਬੀਜ ਥੋੜਾ ਬਹੁਤਾ ਤੁਹਾਨੂੰ ਆਪਾਂ ਦੇ ਦੇਵਾਂਗੇ ਹਾਂਜੀ ਹਾਂਜੀ ਤੇ ਥੋੜਾ ਬਹੁਤਾ ਬੀਜ ਜਿਆਦਾ ਨਹੀਂ ਸੋ ਦੂਸਰੀ ਗੱਲ ਅਸੀਂ ਇਹ ਕਹਿ ਦਈਏ ਵੀ ਪਿੰਡ ਮਿਹੇੜੂ ਬਿਲਕੁਲ ਨਕੂਦਰ ਦੇ ਨਾਲ ਆ ਨਕੂਦਰ ਤੋਂ ਜਗਰਾਵਾ ਰੋਡ ਦੇ ਉੱਤੇ ਇਹ ਨਗਰ ਆ ਗਿਆਨੀ ਦਲਬੀਰ ਸਿੰਘ ਹੋਣਾ ਦਾ ਇਹ ਫਾਰਮ ਆ ਤੇ ਗਿਆਨੀ ਦਰਬੀਰ ਸਿੰਘ ਹੁਣੀ ਇਸ ਵਕਤ ਕੁਦਰਤੀ ਖੇਤੀ ਨੂੰ ਔਰ ਆਰਗੈਨਿਕ ਖੇਤੀ ਨੂੰ ਪ੍ਰਮੋਟ ਕਰਨ ਵਾਲਿਆਂ ਚੋਂ ਆ ਔਰ ਇਹ ਬਹੁਤ ਵੱਡੀ ਇੱਕ ਮੋਟੀਵੇਟ ਕਰਦੇ ਨੇ ਕਿਸਾਨਾਂ ਨੂੰ ਕਿ ਭਾਈ ਆਪਣੀਆਂ ਚੀਜ਼ਾਂ ਆਪ ਬੀਜੋ ਤੇ ਲੋਕਾਂ ਨੂੰ ਇਹ ਮੋਟੀਵੇਟ ਕਰਦੇ ਨੇ ਕਿ ਕਿਸਾਨ ਤੋਂ ਡਾਇਰੈਕਟ ਖਰੀਦੋ ਸੋ ਆਪਾਂ ਇੱਕ ਦੂਏ ਤੇ ਨਿਰਭਰ ਆ ਕਿਸਾਨਾਂ ਤੋਂ ਲੋਕ ਖਰੀਦਣ ਤੇ ਲੋਕ ਜਿਹੜੇ ਆ ਉਹ ਕਿਸਾਨ ਨੂੰ ਸਪੋਰਟ ਕਰਨ ਤੇ ਕਿਸਾਨ ਜਿਹੜੇ ਆ ਉਹ ਲੋਕਾਂ ਨੂੰ ਵਧੀਆ ਚੀਜ਼ ਜਿਹੜੀ ਤਿਆਰ ਕਰਕੇ ਦੇਣ ਆਪਣਾ ਦੋਹਾਂ ਤਰਾਂ ਦਾ ਹੀ ਗੁਜ਼ਾਰਾ ਤਾਂ ਹੋ ਸਕਦਾ ਕਿਉਂਕਿ ਕੋਈ ਅਤਕਥਨੀ ਤਨੀ ਹਾਂਜੀ 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 ਬਿਲਕੁਲ ਮੈਂ ਕਹਿੰਦਾ ਜੀ ਜਿੱਦਾਂ ਕਿਸਾਨ ਵੀਰਾਂ ਨੂੰ ਵੀ ਬੇਨਤੀ ਕਰਦਾ ਵੀ ਘਰੇ ਲਗਾਓ ਜੀ ਜੀ ਆਪਣੇ ਪਰਮਾਤਮਾ ਨੇ ਸਭ ਕੁਝ ਦਿੱਤਾ ਹੋਇਆ ਜੀ ਹਨਾ ਹਰੇਕ ਚੀਜ਼ ਘਰੇ ਹੀ ਪੈਦਾ ਕਰਨੀ ਚਾਹੀਦੀ ਆਪਾਂ ਨੂੰ ਹਲਦੀ ਹੋ ਗਈ ਸਬਜ਼ੀਆਂ ਹੋ ਗਈਆਂ ਦਾਲਾਂ ਹੋ ਗਈਆਂ ਜੀ ਜੀ ਵੀ ਆਪਾਂ ਨੂੰ ਬਾਜ਼ਾਰ ਦੇ ਵਿੱਚੋਂ ਸਿਰਫ ਲੋਣ ਹੀ ਲੈਣਾ ਚਾਹੀਦਾ ਜੀ ਮੀਤ ਤੇ ਜ਼ਰੂਰ ਆ ਜੀ ਪਰ ਮਹਿਨਤ ਨਾਲੋਂ ਸ਼ਹਿਦ ਵੀ ਜ਼ਰੂਰੀ ਹੈ ਜੀ ਜੇ ਆਪਾਂ ਮੋਲ ਲੈ ਆਉਨੇ ਆਂ ਸ਼ਹਿਦ ਜ਼ਰੂਰੀ ਹੈ ਜੀ ਕਰਾਂਗੇ ਜੀ ਜਲਦੀ ਤੁਹਾਨੂੰ ਇੱਕ ਇਦਾਂ ਦੀ ਇੱਕ ਦੋ ਹੋਰ ਵੀਡੀਓ ਤੁਹਾਨੂੰ ਮੈਂ ਦਿਖਾ ਲੂੰਗਾ ਕਿਸੇ ਦਿਨ ਹੋ ਸਕਿਆ ਤਾਂ ਸ਼ਾਇਦ ਅਸੀਂ ਤੁਹਾਨੂੰ ਦੁੱਧ ਦੇ ਉੱਤੇ ਵੀ ਜਿਹੜੀ ਗੱਲ ਤੁਹਾਨੂੰ ਕਰਾ ਦਈਏ ਕਿ ਦੁੱਧ ਜਿਹੜਾ ਹੈਗਾ ਉਹ ਨਕਲੀ ਦੀ ਪਛਾਣ ਕਿੱਦਾਂ ਹੁੰਦੀ ਆ ਤੇ ਨਾਲ ਹੀ ਅਸੀਂ ਤੁਹਾਨੂੰ ਸ਼ਾਇਦ ਇਹ ਵੀ ਦੱਸਾਂਗੇ ਕਿ ਕਿ ਉਹ ਜਿਹੜਾ ਨਕਲੀ ਆ ਉਹ ਤੁਸੀਂ ਘਰੇ ਬੈਠੇ ਕਿੱਦਾਂ ਉਹਦੀ ਸ਼ਨਾਖਤ ਕਰ ਸਕਦੇ ਇਹ ਤਾਂ ਮੈਂ ਕਿਸਾਨ ਵੀਰਾਂ ਨੂੰ ਬੇਨਤੀ ਕਰਦਾ ਜੀ ਜੀ ਜੇ ਘਰ ਦੀ ਬਰਤੋਂ ਵਾਸਤੇ ਆਪਾਂ ਇੱਕ ਮਾਲੜਾ ਵੀ ਲਾ ਲਈਏ ਜੀ ਘਰ ਦੀ ਬਰਤੋਂ ਲਈ ਲਾ ਲਈ ਆਪਣੇ ਕੋਲ ਬਹੁਤ ਹੈ ਕਮਾਲੀ ਦਾ ਹਾਂਜੀ ਬਹੁਤ ਹੈ ਹੋ ਜਾਂਦੀ ਚੰਗਾ ਢੇਰ ਪਾ ਕੇ ਲਾ ਦੋ ਜੇ ਢੇਰ ਹੈ ਨਹੀਂ ਤਾਂ ਗਲੇ ਸਾਡੇ ਪੱਤੇ ਦਰਾਖਤਾਂ ਦੇ ਲਾ ਕੇ ਕਰ ਦੋ ਇਹਦੇ ਜੀ ਤੇ ਸਭ ਤੋਂ ਵਧੀਆ ਚੀਜ਼ ਆ ਜੀ ਇਦਾਂ ਦੇ ਚੀਜ਼ਾਂ ਆਪਾਂ ਨੂੰ ਸਗਾ ਲਾਉਣੀਆਂ ਚਾਹੀਦੀਆਂ ਜੀ ਹਾਂਜੀ ਪ੍ਰੋਫਿਟ ਵੀ ਹੋ ਸਕਦਾ ਹਾਂਜੀ ਹਾਂਜੀ ਹੋ ਸਕਦਾ ਜੀ ਵਧੀਆ ਹੋ ਜਾਂਦਾ ਵੇਚਣ ਤੇ ਆ ਜੀ ਹਾਂ ਇੱਕ ਗੱਲ ਯਾਦ ਰੱਖਿਓ ਕਿ ਉਹ ਜਿੱਥੋਂ ਤੁਸੀਂ ਫਿਆਉਣੀ ਹੈ ਉਹ ਵੀ ਤੁਹਾਡੇ ਬੰਦੇ ਜਿਹੜੇ ਉਹ ਭਰੋਸੇ ਦੇ ਹੋਣੇ ਚਾਹੀਦੇ ਨੇ ਔਰ ਉਹ ਜਿਨ੍ਹਾਂ ਤੋਂ ਤੁਸੀਂ ਫਿਆਉਣੀ ਹੈ ਹਲਦੀ ਜਿਹੜੀ ਆ ਉਹਨਾਂ ਨਾਲ ਨਾਲ ਹੋ ਕੇ ਫਿਆਓ ਔਰ ਉਹਦੇ ਪੇਦਿਆਂ ਨਾਲ ਉਹਦੇ ਪੇਦਿਆਂ ਨੂੰ ਉਹ ਤੁਹਾਨੂੰ ਪੀ ਦਿੰਦੇ ਨੇ ਔਰ ਤੁਹਾਡੇ ਭਰੋਸੇ ਦੇ ਬੰਦੇ ਹੋ ਪਰ ਆਪਾਂ ਆਪਣੇ ਆਪਣੇ ਚੱਕੀ ਇੱਥੇ ਆਪ ਲਾ ਰਹੇ ਹਾਂ ਜੀ ਉਹਦੇ ਵਾਸਤੇ ਹਲਦੀ ਤੁਸੀਂ ਆਪਣੀ ਲਾ ਦੇਣੀ ਹੈ ਹਾਂ ਜੀ ਆਪਣੀ ਲਾ ਰਹੇ ਹਾਂ ਜੀ ਅੱਛਾ ਜੀ ਹਾਂ ਜੀ ਹਾਂ ਹਲਦੀ ਆਪ ਹੀ ਪੀ ਦੇਣੀ ਹੈ ਕਿਦਾਂ ਫੇ ਕਾਕ ਆਇਆ ਕਰੂਗਾ ਉਹਨੂੰ ਮੌਕੇ ਤੇ ਮੌਕੇ ਤੇ ਪੀ ਕੇ ਦੇਣੀ ਉਹਦੋਂ ਪੀ ਕੇ ਦੇ ਦਾਂ ਕਰਾਂਗੇ ਜੀ ਹਾਂਜੀ ਗਿਆਨੀ ਦਲਬੀਰ ਸਿੰਘ ਉਹਨਾਂ ਦੇ ਇਹ ਵੱਖਰੀ ਚੀਜ਼ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਆ। ਸੋ ਹੈ ਜੀ ਬਹੁਤ ਬਹੁਤ ਧੰਨਵਾਦ ਜੁੜੇ ਰਹੋ ਪੀਆਰ ਪੰਜਾਬ ਦੇ ਨਾਲ ਇੱਕ ਨਵੀਂ ਵੀਡੀਓ ਦੇ ਨਾਲ ਨਵੇਂ ਟੌਪਿਕ ਨਾਲ ਜਲਦੀ ਮਿਲਦੇ ਆ। ਤੇ ਕੋਸ਼ਿਸ਼ ਕਰਾਂਗੇ ਪਸ਼ੂਆਂ ਦੀਆਂ ਸਮੱਸਿਆਵਾਂ 'ਤੇ ਕੁਝ ਇੱਕ ਦੋ ਵੀਡੀਓਜ਼ ਜ਼ਰੂਰ ਆਉਣਗੀਆਂ ਤੁਹਾਡੇ ਕੋਈ ਸਵਾਲ ਹੋਣ ਤੇ ਮੈਨੂੰ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਭੇਜ ਦਿਓ ਜਾਂ ਫਿਰ ਸਾਨੂੰ ਮੈਸੇਜ ਕਰ ਦਿਓ ਇੰਸਟਾਗ੍ਰam ਦੇ ਉੱਤੇ ਜਾਂ ਫਿਰ ਇੱਧਰ ਵਟਸਐਪ ਤੇ ਸਾਨੂੰ ਮੈਸੇਜ ਕਰ ਦਿਓ ਲਿਖ ਕੇ ਕਿਰਪਾ ਕਰਕੇ ਮੈਸੇਜ ਕਰਨ ਨੂੰ ਪ੍ਰੇਫਰ ਕਰਿਆ ਕਰੋ ਫੋਨ ਕਰਨ ਦੇ ਨਾਲੋਂ ਕਈ ਵਾਰੀ ਫੋਨ ਨਹੀਂ ਚੱਕ ਹੁੰਦਾ ਸੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਸੋ ਯਾਨੀ ਦਲਵੀਰ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਜੀ ਮੇਰੇ ਹਾਲ ਠੀਕ ਹੈ ਜੀ ਹਾਂ ਜੀ ਆ ਦੇਖੋ ਜੀ ਅੱਛਾ ਜੀ ਖਾ ਲਈ ਜੀ ਆ ਤੂੰ ਖਾ ਲੈਨੇ ਤੁਸੀਂ ਇਦਾਂ ਡਾਇਰੈਕਟ ਹੀ ਵਾਹ ਅੱਛਾ ਇਹ ਖਾ ਹੋ ਜਾਂਦੀ ਇਦਾਂ ਗਿਆਨੀ ਜੀ ਤੇ ਖਾ ਗਿਆ ਸੋ ਗੱਲ ਤੇ ਸ਼ੁੱਧਤਾ ਦੀ ਆ ਨਾ ਚੀਜ਼ ਸ਼ੁੱਧ ਦਿਆ ਉਹਨਾਂ ਦੇ ਕੋਲ ਚੀਜ਼ ਵਧੀਆ ਆ ਉਹਨਾਂ ਕੋਲ ਸੋ ਬਹੁਤ ਬਹੁਤ ਸ਼ੁਕਰੀਆ ਜੀ ਪੀਆਰ ਪੰਜਾਬ ਤੇ ਜੁੜੇ ਰਹੋ ਆਪਾਂ ਜਲਦੀ ਇੱਕ ਨਵੀਂ ਵੀਡੀਓ ਨਾਲ ਮਿਲਾਂਗੇ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਔਰ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਬਹੁਤ ਬਹੁਤ ਧੰਨਵਾਦ ਤੁਹਾਡਾ ਜੀਉ ਦੇ ਵਾਸਤੇ ਰਹੋ ਸਾਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਜੀ